ਸਾਲ 2024 ਇੰਡੀਆ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਕੇਨਸ ਫੈਸਟੀਵਲ ਦੇ ਵਿੱਚ ਇੰਡੀਆ ਨੂੰ 4 ਅਵਾਰਡਸ ਮਿਲੇ। ਇੰਡੀਅਨ ਫਿਲਮ ਨਿਰਮਾਤਾ ਪਾਇਲ ਕਪਾੜੀਆ ਨੂੰ 70ਵੇਂ ਕੇਨਸ ਫੈਸਟੀਵਲ ਦੇ ਵਿੱਚ ਜਿਊਰੀ ਅਵਾਰਡ ਮਿਲਿਆ। ਇਹ ਅਵਾਰਡ ਪਾਇਲ ਨੂੰ ਉਹਨਾਂ ਦੀ ਫਿਲਮ ਆਲ ਵੀ ਇਮੈਜਿਨ ਐਜ ਲਾਈਟ ਲਈ ਮਿਲਿਆ। ਪਾਇਲ ਕਪਾੜੀਆ ਬਹੁਤ ਹੀ ਮਸ਼ਹੂਰ ਕਲਾਕਾਰ ਨਲਿਨੀ ਮਾਲਿਨੀ ਦੀ ਬੇਟੀ ਹੈ ਅਤੇ ਭਾਰਤ ਦੀ ਪਹਿਲੀ ਨਿਰਮਾਤਾ ਬਣ ਗਈ ਹੈ ਜਿਸ ਨੂੰ ਬੈਸਟ ਫਿਲਮ ਲਈ ਕੇਨਸ ਫੈਸਟੀਵਲ ਦੇ ਵਿੱਚ ਸਨਮਾਨਿਤ ਕੀਤਾ ਗਿਆ। ਜਦੋਂ ਇਸ ਅਵਾਰਡ ਦੀ ਘੋਸ਼ਣਾ ਕੀਤੀ ਗਈ ਤਾਂ ਲੋਕਾਂ ਵੱਲੋਂ ਲਗਾਤਾਰ 8 ਮਿੰਟ ਤੱਕ ਤਾੜੀਆਂ ਵਜਾਈਆਂ ਗਈਆਂ। ਇਸ ਸਾਲ ਇਹ ਭਾਰਤ ਦਾ ਕੇਨਸ ਤੋਂ ਮਿਲਣ ਵਾਲਾ ਚੌਥਾ ਪੁਰਸਕਾਰ ਹੈ। ਇਸ ਤੋਂ ਪਹਿਲਾਂ ਅਨੁਸੂਆ ਸੇਨ ਗੁਪਤਾ ਨੂੰ ਬੈਸਟ ਐਕਟਰੈਸ ਦਾ ਅਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਫਿਲਮ ਸਨਫਲਾਵਰ ਅਤੇ ਬਨੀ ਹੁੱਡ ਨੇ ਲਾਸਟ ਸਿਨੇ ਕੰਪੀਟੀਸ਼ਨ ਸੈਗਮੈਂਟ ਦੇ ਵਿੱਚ ਅਵਾਰਡ ਜਿੱਤੇ ਸੀ। ਕਰੀਬ 30 ਸਾਲ ਬਾਅਦ ਭਾਰਤ ਦੇ ਹਿੱਸੇ ਇਹ ਅਵਾਰਡ ਆਇਆ। ਇਸ ਤੋਂ ਪਹਿਲਾਂ 1995 ਦੇ ਵਿੱਚ ਸ਼ਾਜੀ ਐਨ ਕਰੁਣ ਦੀ ਫਿਲਮ ਸਵਾਹਮ ਨੇ ਕਾਨਸ ਫਿਲਮ ਫੈਸਟੀਵਲ ਦੇ ਵਿੱਚ ਪਾਲਮੇ ਦੀ ਔਰ ਅਵਾਰਡ ਆਪਣੇ ਨਾਮ ਕੀਤਾ ਸੀ। ਪਾਇਲ ਕਪਾੜੀਆ ਦੀ ਫਿਲਮ ਸਮਕਾਲੀ ਮੁੰਬਈ ਸ਼ਹਿਰ ਦੇ ਦ੍ਰਿਸ਼ਾਂ ਦੇ ਨਾਲ ਸ਼ੁਰੂ ਹੁੰਦੀ ਹੈ। ਫਿਲਮ ਨਿਰਮਾਤਾ ਨੇ ਮੁੰਬਈ ਸ਼ਹਿਰ ਦੀਆਂ ਗਲੀਆਂ ਦੇ ਨਾਲ ਨਾਲ ਪ੍ਰਵਾਸੀਆਂ ਦੀ ਅਸਲੀ ਆਵਾਜ਼ ਨੂੰ ਜਗ੍ਹਾ ਦਿੱਤੀ ਹੈ। ਉਹ ਪ੍ਰਵਾਸੀ ਜੋ ਇਸ ਸ਼ਹਿਰ ਦੀ ਧੜਕਣ ਵੀ ਨੇ। ਇਹ ਕਪਾੜੀਆ ਦੀ ਪਹਿਲੀ ਨਰੇਟਿਵ ਫਿਲਮ ਹੈ ਜੋ ਕਾਨਸ ਫਿਲਮ ਫੈਸਟੀਵਲ ਦੇ ਮੁੱਖ ਮੁਕਾਬਲੇ ਦੇ ਵਿੱਚ ਦਿਖਾਈ ਗਈ ਹੈ। ਜਦੋਂ ਫਿਲਮ ਖਤਮ ਹੋਈ ਤਾਂ ਇੱਥੇ ਮੌਜੂਦ ਦਰਸ਼ਕ 8 ਮਿੰਟ ਤੱਕ ਖੜ੍ਹੇ ਹੋ ਕੇ ਤਾੜੀਆਂ ਵਜਾਉਂਦੇ ਰਹੇ। ਫਿਲਮ ਨੂੰ ਕਾਨਸ ਫਿਲਮ ਫੈਸਟੀਵਲ ਦੇ ਵਿੱਚ ਜਿਊਰੀ ਅਵਾਰਡ ਮਿਲਿਆ। ਇਹ ਨਾ ਸਿਰਫ ਫਿਲਮ ਨਿਰਮਾਤਾ ਲਈ ਸਗੋਂ ਭਾਰਤ ਲਈ ਵੀ ਮਾਣ ਵਾਲੀ ਗੱਲ ਹੈ। ਪਿਛਲੇ 30 ਸਾਲਾਂ ਵਿੱਚ ਇਹ ਪਹਿਲੀ ਫਿਲਮ ਹੈ ਜਦੋਂ ਕਿਸੇ ਭਾਰਤੀ ਫਿਲਮ ਨੂੰ ਕਾਨਸ ਫਿਲਮ ਫੈਸਟੀਵਲ ਦੇ ਵਿੱਚ ਮੁੱਖ ਮੁਕਾਬਲੇ ਦੇ ਵਿੱਚ ਦਿਖਾਇਆ ਗਿਆ। ਇਸ ਫਿਲਮ ਨੇ 38 ਸਾਲਾਂ ਪਾਇਲ ਕਪਾੜੀਆ ਨੂੰ ਵੀ ਸੁਰਖੀਆਂ ਵਿੱਚ ਲਿਆਂਦਾ ਹੈ। ਇਸ ਤੋਂ ਬਾਅਦ ਇੱਕ ਦੂਸਰੀ ਫਿਲਮ ਜੋ 48 ਸਾਲ ਬਾਅਦ ਕੈਨਸ ਫਿਲਮ ਫੈਸਟੀਵਲ ਦੇ ਵਿੱਚ ਦਿਖਾਈ ਗਈ ਹੈ, ਫਿਲਮ ਮੰਥਨ, ਜੋ ਕਿ ਕੈਨਸ ਫਿਲਮ ਫੈਸਟੀਵਲ ਦੇ ਵਿੱਚ ਪਹੁੰਚੀ ਹੈ ਅਤੇ ਇਹ ਫਿਲਮ 1970 ਦੇ ਦਹਾਕੇ ਦੀ ਹੈ। ਭਾਰਤ ਦੇ ਪੱਛਮੀ ਸੂਬੇ ਗੁਜਰਾਤ ਵਿੱਚ 5 ਲੱਖ ਡੇਅਰੀ ਕਿਸਾਨਾਂ ਨੇ ਇੱਕ ਵਿਲੱਖਣ ਫਿਲਮ ਬਣਾਉਣ ਦੇ ਲਈ 2-2 ਰੁਪਏ ਦਾ ਯੋਗਦਾਨ ਪਾਇਆ ਸੀ। ਪ੍ਰਸਿੱਧ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਦੇ ਨਿਰਦੇਸ਼ਨ ਹੇਠ ਬਣੀ ਫਿਲਮ ਮੰਥਨ ਯਾਨੀ ਕਿ ਰਿੜਕਣਾ ਦੇਸ਼ ਦੀ ਪਹਿਲੀ ਸਾਂਝੇ ਪੈਸਿਆਂ ਨਾਲ ਬਣੀ ਫਿਲਮ ਸੀ। ਇਸ ਫਿਲਮ ਨੂੰ ਰੀਸਟੋਰ ਕੀਤਾ ਗਿਆ ਅਤੇ ਅਲਟਰਾ ਹਾਈ ਡੈਫੀਨੇਸ਼ਨ ਦੇ ਵਿੱਚ ਮੁੜ ਤਿਆਰ ਕੀਤਾ ਗਿਆ।